ਜ਼ਿਲ੍ਹਾ ਜਲੰਧਰ ਦੇ ਪਿੰਡ ਔਜਲਾ ਟੱਕ ਵਿਖੇ ਦੀ ਔਜਲਾ ਟੱਕ ਕੋਆਪਰੇਟਿਵ ਐਗਰੀ ਮਲਟੀ ਪਰਪਸ ਸਰਵਿਸ ਸੁਸਾਇਟੀ ਲਿਮਟਿਡ ਦਾ ਆਮ ਅਜਲਾਸ ਸੁਸਾਇਟੀ ਦੇ ਪ੍ਰਧਾਨ ਸਰਦਾਰਗਰ ਸਿੰਘ ਔਜਲਾ ਦੀ ਅਗਵਾਈ ਵਿੱਚ ਕੀਤਾ ਗਿਆ, ਜਿੱਥੇ ਸੁਸਾਇਟੀ ਅਧੀਨ ਆਉਂਦੇ ਇਲਾਕਾ ਵਾਸੀਆਂ ਨੇ ਹਾਜ਼ਰ ਹੋ ਕੇ ਵਿਚਾਰ ਰੱਖੇ। ਇਸ ਮੌਕੇ ਪ੍ਰਧਾਨ ਸੁਦਾਗਰ ਸਿੰਘ, ਸਕੱਤਰ ਬੋਧਰਾਜ ਅਤੇ ਸੁਸਾਇਟੀ ਮੈਂਬਰਾਂ ਦੀ ਵਧੀਆ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਇਲਾਕਾ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਮਾਣ ਸਨਮਾਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਤੇ ਸਕੱਤਰ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਅਤੇ ਇਲਾਕਾ ਵਾਸੀਆਂ ਦੇ ਸੁਝਾਵਾਂ ਅਤੇ ਵਿਚਾਰਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਇਸ ਵੇਲੇ ਸੁਸਾਇਟੀ 70 ਲੱਖ ਮੁਨਾਫੇ ਵਿੱਚ ਚੱਲ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਵਾਸਤੇ ਟਰੈਕਟਰ, ਹੈਪੀ ਸੀਡਰ, ਲੇਵਲ ਲੇਜ਼ਰ, ਹਾਲ ਸੁਪਰ ਸੀਡਰ ਅਤੇ ਹੋਰ ਔਜ਼ਾਰ ਵੀ ਖਰੀਦੇ ਗਏ ਹਨ। ਇਸ ਮੌਕੇ ਸੁਸਾਇਟੀ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਦਾਗਰ ਸਿੰਘ ਔਜਲਾ, ਸਕੱਤਰ ਬੋਧਰਾਜ, ਉਪ ਪ੍ਰਧਾਨ ਪਾਲਾ ਸਿੰਘ, ਦਲਜੀਤ ਸਿੰਘ, ਮੈਂਬਰ ਬਲਦੇਵ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ, ਰਾਮ ਪ੍ਰਤਾਪ, ਬਲਜਿੰਦਰ ਸਿੰਘ, ਜੋਗਾ ਸਿੰਘ ਜੌਲ, ਬਲਿਹਾਰ ਸਿੰਘ, ਕਮਲਜੀਤ ਕੌਰ, ਕੁਲਵਿੰਦਰ ਕੌਰ ਅਤੇ ਇਲਾਕਾ ਵਾਸੀ ਮੌਜੂਦ ਸਨ। ਅੱਜ ਮਲਟੀ ਐਗਰੀਕਲਚਰ ਕੋਆਪਰੇਟਿਵ ਸੁਸਾਇਟੀ ਲਿਮਟਿਡ ਔਜਲਾ ਟੱਕ ਵਿਖੇ ਆਮ ਇਜਲਾਸ ਸੱਦਿਆ ਗਿਆ। ਪਿਛਲੇ 2 ਸਾਲ ਤੋਂ ਕਰੋਨਾ ਚੱਲਦਾ ਹੋਣ ਕਰਕੇ ਕੋਈ ਆਮ ਇਜਲਾਸ ਨਹੀਂ ਬੁਲਾਇਆ ਗਿਆ ਸੀ। ਕਿਸਾਨਾਂ ਦੀਆਂ, ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਸਤੇ ਔਰ ਜੋ ਬੈਂਕ ਦੇ ਹਿੱਸੇਦਾਰਾਂ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਆਮ ਇਜਲਾਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਔਜਲਾ ਢੱਕ, ਗਿੱਦੜ ਖੁਰਦ, ਮਸਾਣੀ, ਪਿੰਡ ਕਟਾਣਾ ਤੋਂ ਵੱਡੀ ਗਿਣਤੀ ਵਿੱਚ ਜੋ ਹਿੱਸੇਦਾਰ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਔਰ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਵਿੱਚ ਪਿਛਲੇ 2 ਸਾਲਾਂ ਤੋਂ ਪ੍ਰਬੰਧਕ ਕਮੇਟੀ ਦੀਆਂ ਪ੍ਰਾਪਤੀਆਂ ਜਿਵੇਂ ਕਿ ਟਰੈਕਟਰ ਖਰੀਦਣਾ, 2 ਹੈਪੀ ਸੀਡਰ ਖਰੀਦਣੇ, ਲੇਜ਼ਰ ਲੈਵਲਰ ਖਰੀਦਣਾ ਔਰ ਜੋ ਹਲਾਂ ਦੀ ਪੇਮੈਂਟ ਕੀਤੀ ਹੋਈ, ਹਲ ਵੀ ਆ ਜਾਣੇ ਹਨ, ਉਸ ਬਾਰੇ ਨਵੀਂ ਬਿਲਡਿੰਗ ਬਣੀ ਹੈ, ਉਸਦਾ ਉਦਘਾਟਨ ਕੀਤਾ ਗਿਆ ਹੈ। ਸੁਪਰ ਸੀਡਰ 2 ਆਏ ਹਨ। ਇਸ ਸੰਬੰਧੀ ਚਰਚਾਵਾਂ ਕੀਤੀਆਂ ਗਈਆਂ। ਜੋ ਮੌਕੇ 'ਤੇ ਖਾਦ ਦੀ ਸਮੱਸਿਆ ਕਿਸਾਨ ਵੀਰਾਂ ਨੂੰ ਆ ਰਹੀ ਹੈ, ਉਸ ਉੱਪਰ ਚਰਚਾ ਕੀਤੀ ਗਈ ਔਰ ਜੋ ਸੁਸਾਇਟੀ ਦਾ ਹਿਸਾਬ ਕਿਤਾਬ ਸੈਕਟਰੀ ਸਾਹਿਬ ਬੋਧਰਾਜ ਜੀ ਵੱਲੋਂ ਦੱਸਿਆ ਗਿਆ, ਇਸ ਸੁਸਾਇਟੀ ਦਾ ਏਰੀਏ ਦੇ ਲੋਕਾਂ ਨੂੰ ਬਹੁਤ ਹੀ ਲਾਭ ਮਿਲ ਰਿਹਾ ਹੈ। ਸੁਸਾਇਟੀ ਲਾਭ ਵਿੱਚ ਚੱਲ ਰਹੀ ਹੈ। 70 ਲੱਖ ਦੇ ਮੁਨਾਫੇ ਵਿੱਚ ਅੱਜ ਦੀ ਡੇਟ ਵਿੱਚ ਸੁਸਾਇਟੀ ਚੱਲ ਰਹੀ ਹੈ ਔਰ ਇਸ ਵਾਰ ਮੁਨਾਫਾ ਵੰਡਣ ਦਾ ਜੋ ਉਹ ਵੀ ਮਤਾ ਪਾ ਦਿੱਤਾ ਗਿਆ ਹੈ ਔਰ ਅੱਜ ਦਾ ਜੋ ਆਮ ਇਜਲਾਸ ਹੈ ਇਹ ਇੱਕ ਸਫਲ ਆਮ ਇਜਲਾਸ ਹੋਇਆ ਹੈ। ਇਸ ਤਰ੍ਹਾਂ ਦਾ ਆਮ ਇਜਲਾਸ ਵਿੱਚ ਅੱਜ ਤੋਂ ਪਹਿਲਾਂ ਨਹੀਂ ਹੋਇਆ। ਇਸ ਲਈ ਮੈਂ ਸੈਕਟਰੀ ਸਾਹਿਬ, ਸਮੂਹ, ਸਾਡੀ ਪ੍ਰਬੰਧਕ ਕਮੇਟੀ ਔਰ ਮੈਂਬਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂਬਰਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।